मेरा नाम जितेंद्र सिंह है और BDH इंपैक्ट इंस्टीट्यूट असी शुरू किया है। ए इंस्टीट्यूट जिहड़ा हैगा सुल्तानविंड एरिया दे आसपास दे जिन्ने भी एरियाज हैगे ने मैं देखे और यही जिहड़ी आइडियोलॉजी है साडे सर दी है कि बच्चे काफ़ी दूर पढ़न जांदे ने, इत्थे क्वालिटी इंस्टीट्यूट नहीं है इस एरिया दे अंदर। इसी करके सर ने अपने 35-40 साल के एक्सपीरियंस अंदर यह नोटिस जी गल् कीतिया ने उन्हों देखते हुए सर मिस्टर अनिल किशोर जी ने यह इंस्टीट्यूट इतने खोलिया। सर जो स्कॉलरशिप टेस्ट रखे तो दिमाग कि टेस्ट रखना चाहिए बच्चों वास्ते? सर अमूमन सोसाइटी अंदर की होंगे असी चाहते हुए भी अपने सोशियो इकनोमिक आर्थिक समाजिक कारण तो अपने बच्चों एक श्रेष्ठ शिक्षा नहीं दे पाते, अच्छी शिक्षा नहीं दे पाते, आर्थिक और समाजिक दोनों कारण होंगे ने। समाजिक की मैं गल करा कि बच्चिया नाल है बहुत वापरदा है कि उन्होंने दूर नहीं भेजते माँ पे, और माँ पे कई बार उन्होंने सोच इन्नी नहीं होंगी कि वह ज़्यादा पैसे एजुकेशन से खर्च करते हैं। तो मैं उन्होंने सारे बच्चों यह मौका देना चाहता कि यह स्कॉलरशिप टैसट अंदर वो बैठन पेपर देन और लायक बच्चे जिन्ना स्कोर करेंगे उन्होंने उन्नी स्कॉलरशिप मिलेगी, वो फीस के अंदर एडजस्ट हो जाएगी ताकि उन्होंने जो आर्थिक मुद्दा है उन्होंने मैं एड्रैस कर सकता। ਜਿਹੜਾ ਇੰਸਟੀਚਿਊਟ ਸਰ ਤੁਸੀਂ ਇਹ ਖੋਲਿਆ ਹੈ ਇਹਦੇ ਵਿੱਚ ਕਿੰਨਵੀਂ ਤੋਂ ਲੈ ਕੇ ਕਿੰਨਵੀਂ ਤੱਕ ਆਪਾਂ ਐਜੂਕੇਸ਼ਨ ਦਿੰਦੇ ਹਾਂ ਬੱਚਿਆਂ ਨੂੰ? ਸਰ ਇਹਦੇ ਵਿੱਚ 8ਵੀਂ ਤੋਂ ਲੈ ਕੇ 12ਵੀਂ ਦੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦਿੰਦੇ ਨੇ। 8ਵੀਂ ਤੋਂ ਲੈ ਕੇ 12ਵੀਂ ਤੱਕ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ। ਜੂਨੀਅਰ ਸੈਕਸ਼ਨ ਵੀ ਹੈ ਜਿਹਦੇ ਵਿੱਚ 1ਲੀ ਤੋਂ ਲੈ ਕੇ 6ਵੀਂ ਤੱਕ ਬੱਚੇ 7ਵੀਂ ਤੱਕ ਬੱਚੇ ਪੜ੍ਹਦੇ ਨੇ, ਔਰ ਜਲਦੀ ਅਸੀਂ BDH ਪਲੇ ਸਕੂਲ ਦੇ ਨਾਲ ਵੀ ਆਉਣ ਵਾਲੇ ਹਾਂ ਸਰ। ਬਸ ਇਹ ਗੌਰਮੈਂਟ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਹਟਾ ਦੇ, ਕੋਵਿਡ ਸੈਟਲ ਹੋ ਜਾਏ, ਲੋਕੀ ਸਾਰੇ ਸਵਸਥ ਰਹਿਣ ਤੇ ਸਾਡੇ ਇੰਸਟੀਚਿਊਟਸ ਤੇ ਕਾਲਜ ਸੌਰੀ ਸਕੂਲ ਦੇ ਅੰਦਰ ਐਡਮਿਸ਼ਨ ਲੈਣ ਆਪਣਾ ਪੜ੍ਹਨ। ਬੱਚੇ ਇਥੋਂ ਆਈਲੈਟਸ ਵੀ ਪੜ੍ਹਨ ਬਹੁਤ ਦੂਰ ਦੂਰ ਤੱਕ ਜਾਂਦੇ ਆ, ਜਿਹੜੇ ਐਸੇ ਰੋਡ ਦੇ ਉੱਪਰ ਬੱਚੇ ਹੈ ਬਹੁਤ ਦੂਰ ਤੱਕ ਜਾਂਦੇ ਆ ਪੜ੍ਹਨ ਵਾਸਤੇ ਆਈਲੈਟਸ। ਆਈਲੈਟਸ ਦਾ ਵੀ ਤੁਹਾਡਾ ਪ੍ਰਬੰਧ ਹੈਗਾ ਕੋਈ ਆਈਲੈਟਸ ਪੜ੍ਹਾਉਂਦਾ ਬੱਚਿਆਂ ਨੂੰ? ਜੀ ਸਰ, ਐਕਚੁਅਲੀ ਮੈਂ ਹਲੇ ਸਰਚ ਅੰਦਰ ਹੈ ਕਿ ਮੈਂ ਅੰਮ੍ਰਿਤਸਰ ਦੇ ਅੰਦਰ ਉਹ ਬੈਸਟ ਟ੍ਰੇਨਰ ਲੈ ਕੇ ਆਵਾਂ ਜਿਹੜੇ ਬੱਚਿਆਂ ਨੂੰ ਬੈਸਟ ਟ੍ਰੇਨਿੰਗ ਦੇ ਸਕਣ, ਸੋ ਦੈਟ ਉਹਨਾਂ ਦੇ ਜਿਹੜੇ ਸੁਪਨੇ ਹੈ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਉਹ ਪੂਰੇ ਹੋ ਸਕਣ, ਤੇ ਇਹਦੇ ਪ੍ਰੋਸੈਸ ਅੰਦਰ ਹੈ। ਬਟ ਮੈਂ ਤੁਹਾਨੂੰ ਫਿਰ ਇਹੀ ਗੱਲ ਕਹਾਂਗਾ, ਜਦ ਤੱਕ ਗੌਰਮੈਂਟ ਇਜਾਜ਼ਤ ਨਹੀਂ ਦਿੰਦੀ ਫਿਜ਼ੀਕਲ ਕਲਾਸਿਸ ਚਲਾਉਣ ਤੋਂ, ਮੈਂ ਆਨਲਾਈਨ ਸਪੋਰਟ ਬੱਚਿਆਂ ਨੂੰ ਜ਼ਰੂਰ ਦੇ ਸਕਦਾ। ਬਟ ਹਾਂ, ਆਇਲਟਸ ਦੇ ਵਾਸਤੇ ਵੀ ਅਸੀਂ ਆਨਲਾਈਨ ਸਪੋਰਟ ਹਲੇ ਦੇ ਰਹੇ ਹਾਂ, ਬਟ ਆਇਲਟਸ ਕਲਾਸਿਸ ਅਸੀਂ ਜਲਦੀ ਸ਼ੁਰੂ ਕਰਾਂਗੇ। ਮੈਂ ਅਨਿਲ ਕਿਸ਼ੋਰ, ਇਸ ਰੋਡ ਤੇ 35-40 ਸਾਲਾਂ ਤੋਂ ਕਰਿਆਨੇ ਦਾ ਬਿਜ਼ਨਸ ਕਰਦਾ ਆ ਰਿਹਾ। ਮੇਰੇ ਇੱਥੋਂ ਦੇ ਇਲਾਕਿਆਂ ਦੇ ਸਾਰੇ ਪਰਿਵਾਰਾਂ ਨਾਲ ਇੱਕ ਸੰਬੰਧ ਹੈ, ਮੇਰੇ ਕੋਲ ਰਾਸ਼ਨ ਹਰ ਮਹੀਨੇ ਖੜਦੇ ਹੈ। ਉਹਨਾਂ ਦੀਆਂ ਮੈਂ ਮੁਸ਼ਕਲਾਂ ਵੇਖੀਆਂ ਕਿ ਉਹਨਾਂ ਦੇ ਬੱਚਿਆਂ ਨੂੰ ਦੂਰ ਪੜ੍ਹਾਈ ਵਾਸਤੇ ਜਾਣਾ ਪੈਂਦਾ, ਕਿਸੇ ਨੂੰ ਰਣਜੀਤ ਐਮ ਨੂੰ, ਕਿਸੇ ਨੂੰ ਰਾਣੀ ਬਾਗ ਯੂਨੀਵਰਸਿਟੀ ਦੇ ਇਲਾਕਿਆਂ 'ਚ ਜਾਣਾ ਪੈਂਦਾ। ਸ਼ਹਿਰ 'ਚ ਟ੍ਰੈਫਿਕ ਹੋਣ ਕਰਕੇ ਬੱਚਿਆਂ ਨੂੰ ਬਹੁਤ ਸਫ਼ਰ ਕਰਨਾ ਪੈਂਦਾ, ਅਤੇ ਆਪਣੀ ਰੋਡ 'ਤੇ ਐਸਾ ਕੋਈ ਇੰਸਟੀਟਿਊਟ ਨਹੀਂ ਗਾ ਜਿਹੜੀ ਕਿ ਐਜੂਕੇਸ਼ਨ ਦੀ ਇਸ ਸਮੱਸਿਆ ਨੂੰ ਹੱਲ ਕਰ ਸਕੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਦੇਖਦੇ ਹੋਏ ਇਹਦੀ BDH ਇੰਪੈਕਟ ਇੰਸਟੀਟਿਊਟ ਦੀ ਮੈਂ ਸਥਾਪਨਾ ਕੀਤੀ ਹੈ। ਅਤੇ ਮੈਂ ਸਾਰੇ ਬੱਚਿਆਂ ਮਾਪਿਆਂ ਨੂੰ, ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਇੱਕ ਕਹਿਣਾ ਚਾਹੁੰਦਾ ਕਿ ਇੱਥੇ ਆਣ ਕੇ ਇੱਕ ਵਾਰੀ ਵਿਜਿਟ ਕਰਨ, ਅਤੇ ਇੱਥੋਂ ਦੇ ਆਣ ਕੇ ਸਾਰੇ ਸਿਸਟਮ ਨੂੰ।